ਕਿਹਾ ਵੈਸੇ ਪਹਿਲਾਂ ਮੈਂ ਹੀ ਕਿਹਾ ਵੀ ਮੈਂ ਰੀਫ ਬਣਾਉਂ ਠੀਕ ਹੈ ਸਾਡਾ ਬਣਦਾ ਹੈ ਹੱਕ ਕਹਿੰਦੇ ਸਾਡੀ ਜ਼ਿੰਮੇਵਾਰੀ ਬਣਦੀ ਵੀ ਅਸੀਂ ਪ੍ਰਮੋਟ ਕਰੀਏ ਜੇ ਆਰਟਿਸਟ ਇਹਦੀ ਪ੍ਰਮੋਟ ਕਰਨਗੇ ਤੇ ਫਿਰ ਕੌਣ ਪ੍ਰਮੋਟ ਕਰਨਾ ਸਹੀ ਗੱਲ ਹੈ ਭਾਈ ਤੇ ਬਸ ਰੀਲ ਬਣਾਉਣ ਆਇਆ ਛੇਤੀ ਛੇਤੀ ਪਾਵਾਂਗੇ ਲੋਕੇਸ਼ਨ ਕਿੱਦਾਂ ਲੋਕੇਸ਼ਨ ਹੈ ਅੱਛਾ ਤੇ ਬਹੁਤ ਮਤਲਬ ਮੈਂ ਤਿੰਨ ਚਾਰ ਵਾਰ ਆਇਆ ਗੁੱਡ ਸਾਰੀ ਚੀਜ਼ਾਂ ਬੜੀਆਂ ਸੋਹਣੀਆਂ ਸੋਹਣੀਆਂ ਤੇ ਸਫਾਈ ਬੜੀ ਹੈ ਮੇਨ ਮੈਨੂੰ ਇਸ ਚੀਜ਼ ਦਾ ਬੜਾ ਵਧੀਆ ਲੱਗਦਾ ਸਫਾਈ ਬਹੁਤ ਵਧੀਆ ਸਾਰਿਆਂ ਦਾ ਜਿਹੜੇ ਕੀ ਕਹਿੰਦੇ ਹੁੰਦੇ ਆ ਬਸ ਬੰਦੋਬਸਤ ਜਿਹੜੇ ਤੁਸੀਂ ਸਾਰੇ ਬੰਦੇ ਜਿਹੜੇ ਬੰਦੇ ਵੀ ਜਿਹੜੇ ਕੰਮ ਕਰਦੇ ਬਹੁਤ ਠੀਕ ਹੈ ਜੀ ਫੋਟੋਗ੍ਰਾਫਰ ਕਿਹੜਾ ਬਾਈ ਅਮੈਂਸ ਵਿਜਨ ਅਮੈਂਸ ਵਿਜਨ ਮੈਂ ਸਵਿਜਨ ਚੰਡੀਗੜ੍ਹ ਬਾਈ ਹਾਂਜੀ ਮੋਹਾਲੀ TDA ਸਿਟੀ ਠੀਕ ਹੈ ਕੀ ਚੱਲ ਰਿਹਾ ਭਾਜੀ ਹਾਂਜੀ ਹਜੇ ਸ਼ੂਟ ਚੱਲ ਰਿਹਾ ਭਾਜੀ ਆਪਣਾ ਠੀਕ ਹੈ ਹਨੀ ਬਲੂ ਸਟਾਰ ਦੇ ਨਾਮ ਤੇ ਜੀ ਓਕੇ ਹਾਂਜੀ ਕਿਹੜਾ ਕੈਮਰਾ ਬਾਈ ਸੋਨੀ ਸੋਨੀ M3 ਜੀ ਠੀਕ ਹੈ ਕਰਿਆ ਕੋਈ ਸ਼ੂਟ ਹਲੇ ਕਿ ਨਹੀਂ ਨਹੀਂ ਚੱਲ ਰਿਹਾ ਭਾਜੀ ਅੱਛਾ ਸਟਾਰਟ ਹੀ ਹੋਇਆ ਤੇ ਆਪਣੀ ਟੀਮ ਹੈ ਪੂਰੀ ਹਾਂਜੀ 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 ਠੀਕ ਹੈ ਭਾਈ ਆਪੋ ਉੱਪਰ ਸ਼ੂਟ ਕਰਨਾ ਅੱਛਾ ਚਲੋ ਮਿਲਦੇ ਆ ਉਧਰ ਹੀ ਹਾਂਜੀ ਹਾਂਜੀ ਬਿਲਕੁਲ ਅੱਛਾ ਇਹ ਕਪਲ ਆਪਣਾ ਹੈ ਭਾਈ ਠੀਕ ਹੈ ਭਾਜੀ ਉਹ ਭਾਜੀ ਕਿਹੜੀ ਜਗ੍ਹਾ ਤੋਂ ਸਨੇਟੇ ਤੋਂ ਸਨੇਟਾ ਠੀਕ ਹੈ ਠੀਕ ਹੈ ਆ ਦੇਖੋ ਭਾਈ ਬਹੁਤ ਸੋਹਣੀ ਜੋੜੀ ਹੈ ਲਾਈਟ ਲੈ ਕੇ ਆਉਂਗੇ ਹੋਰ ਭਾਜੀ ਕਿੱਦਾਂ ਲੱਗੇ ਲੋਕੇਸ਼ਨ ਤੇ ਆ ਗਏ ਅੱਛਾ ਅੱਛਾ ਬੜੀ ਲਾਈਟ ਲੱਗ ਗਈ ਗੈਪ ਫਿਟਿੰਗ ਹੈ ਅੱਛੀ ਜੋ ਆਪਣੀ ਓਕੇ ਠੀਕ ਹੈ ਠੀਕ ਹੈ ਚਲੋ ਬੈਸਟ ਆਫ ਲੱਕ ਭਾਜੀ ਥੈਂਕ ਯੂ ਜੀ ਸਾਡੇ ਭਾਈ ਸਾਹਿਬ ਵਿਆਹ ਵਾਲੇ ਇਹਨਾਂ ਦਾ ਵਿਆਹ ਹੈ ਪ੍ਰੀ ਵੈਡਿੰਗ ਤੇ ਆਏ ਹੋਏ ਨੇ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਭਾਜੀ ਹਰਿਆਣੇ ਤੋਂ ਓਕੇ ਠੀਕ ਹੈ ਭਾਜੀ ਕਦੋਂ ਮੈਰਿਜ ਹੈ ਭਾਜੀ 8 ਦਸੰਬਰ ਓਕੇ 8 ਦਸੰਬਰ ਨੂੰ ਵਿਆਹ ਹੈ ਠੀਕ ਹੈ ਇਕੱਲੇ ਹੋ ਭਾਜੀ ਵਾਈਫ ਕਿੱਥੇ ਓਕੇ ਓਕੇ ਤੁਸੀਂ ਪਹਿਲਾਂ ਤਿਆਰ ਹੋ ਗਏ ਠੀਕ ਹੈ ਹੋਰ ਭਾਜੀ ਕਿੱਦਾਂ ਲੱਗੀ ਲੋਕੇਸ਼ਨ ਬਹੁਤ ਹੀ ਲੋਕੇਸ਼ਨ ਹੈ ਠੀਕ ਹੈ ਸਭ ਓਕੇ ਠੀਕ ਹੈ ਤੁਸੀਂ ਫਸਟ ਟਾਈਮ ਹੀ ਆਏ ਹੋਣੇ ਐਸੇ ਵੈਸੇ ਅੱਛਾ ਭਾਜੀ ਕਿਹੜਾ ਕੈਮਰਾ ਯੂਜ਼ ਕਰ ਰਹੇ ਭਾਜੀ ਰੋਨਿਨ ਓਕੇ R6 ਦੇਖੋ ਕਿੱਦਾਂ ਹੈ ਭਾਜੀ ਸ਼ਾਟ ਭਾਜੀ ਕਿਹੜੀ ਜਗ੍ਹਾ ਤੋਂ ਆਏ ਹੋ ਜਲੰਧਰ ਤੋਂ ਠੀਕ ਹੈ ਹੋਰ ਕਿੱਦਾਂ ਲੱਗਿਆ ਲੋਕੇਸ਼ਨ ਦੇਖ ਭਾਜੀ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਫੈਸਿਲਿਟੀਜ਼ ਵੀ ਬਹੁਤ ਵਧੀਆ ਨੇ ਠੀਕ ਹੈ ਸੈਪਰੇਟ ਰੂਮ ਮਿਲੇ ਆ ਤੇ ਪ੍ਰੋਪਰ ਕਲੀਨ ਡੈਕ ਤੇ ਕਦੋਂ ਮੈਰਿਡ ਹੈ ਭਾਈ ਆਪਣੀ ਮੈਰਿਜ ਕਦੋਂ ਮੈਰਿਜ 5 ਦਸੰਬਰ ਤੇ 5 ਦਸੰਬਰ ਨੂੰ ਹੋਇਆ ਠੀਕ ਹੈ ਹੋਰ ਭਾਜੀ ਕੰਮ ਕਰ ਕੀ ਕਰਦੇ ਹੋ ਕੰਮ ਕਰ ਮੈਂ ਭਾਜੀ ਆ ਕੈਨੇਡਾ ਤੋਂ ਓਕੇ ਠੀਕ ਹੈ ਭਾਜੀ ਕੈਨੇਡਾ ਤੋਂ ਆਏ ਨੇ ਤੇ ਭਾਬੀ ਵੀ ਕੈਨੇਡਾ ਤੋਂ ਆਏ ਨੇ ਨਹੀਂ ਇਹਨਾਂ ਨੇ ਜਾਣਾ ਹੈ ਓਕੇ ਠੀਕ ਹੈ ਯਾਰ ਸੰਗ ਤਾਂ ਬਹੁਤ ਆ ਭਾਈ ਯਾਰ ਮੂਰੇ ਆਣ ਗਿਆ ਨਾ ਮੈਂ ਦੇਖਿਆ ਪਹਿਲਾਂ ਨਾਮ ਵੀ ਬਹੁਤ ਔਖਾ ਜਿਹਾ ਲਿਆ ਤੁਸੀਂ ਮੈਂ ਭਾਵੇਂ ਹੋਰ ਖੁੱਲ ਕੇ ਦੱਸਣਾ ਤੁਸੀਂ ਨਾਮ ਆਪਣਾ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਬੈਂਚ ਚੰਡੀਗੜ੍ਹ ਗਏ ਸੀ ਨਾ ਹਾਂਜੀ ਬੈਂਚ ਚੰਡੀਗੜ੍ਹ ਕਿਹੜੇ ਆਪਣਾ ਮੋਹਾਲੀ ਮੋਹਾਲੀ TDA TDA ਸਿਟੀ ਹੈ ਠੀਕ ਹੈ ਇੱਧਰ ਰਿਸ਼ਤੇਦਾਰ ਬੈਠੇ ਨੇ ਭਾਜੀ ਦੇ ਕਹਿਣਾ ਚਾਹੋਗੇ ਜੀ ਕੁਛ ਓਕੇ ਜੀ ਫਸਟ ਟਾਈਮ ਆਏ ਹੋ ਕਿੱਦਾਂ ਪਤਾ ਲੱਗਿਆ ਤੁਹਾਨੂੰ ਲੋਕੇਸ਼ਨ ਬਾਰੇ ਓਕੇ ਜੀ ਠੀਕ ਹੈ ਅਤੇ ਵਧੀਆ ਲੱਗੀ ਲੋਕੇਸ਼ਨ ਥੈਂਕ ਯੂ ਭਾਜੀ
ਰੂਮ ਦਾ ਛੋਟਾ ਰੂਮ ਦਾ ਰੂਮ ਦਾ ਜੀ ਅੱਛਾ ਓਕੇ ਬੜਾ ਘੰਟਾ ਹੈ ਬਾਈ हेलो भाई और कुछ कहना हो गलबात कुछ नहीं हाँ की हो गया तेरी अख भाई एक्सीडेंट हो ओहो की तेन ता ही क्या कर देना हेलमेट पा के रखे करो सताल जी और किमें हो कैम हो ठीक ठीक है भाजी की अपने की समझते हैं कैमरा मैन इस मैटो की कर देने रिफ्लैक्टर फड़े हुआ हाल दिन ने ठीक है ਕਿਹੜਾ ਕੈਮਰਾ ਯੂਜ਼ ਕਰ ਰਹੇ ਹੋ ਭਾਜੀ ਔਰ ਕੈਨਨ ਓਕੇ ਠੀਕ ਹੈ ਸਟਿਲ ਹੀ ਕਰ ਰਹੇ ਹੋ ਸਟਿਲ ਹੀ ਕਰ ਰਹੇ ਹੋ ਨਾ ਸਟਿਲ ਕਰ ਰਹੇ ਆ ਵੀਡੀਓ ਕਰ ਰਹੇ ਆ ਠੀਕ ਹੈ ਹਾਂਜੀ ਭਾਜੀ ਹੁਣ ਆ ਗਏ ਨੇ ਆਪਾਂ ਕੱਚੇ ਘਰ ਵਾਲੀ ਸਾਈਡ ਇਹ ਲੋਕੇਸ਼ਨ ਹੈ ਇਹ ਬਣਾਈ ਹੋਈ ਹੈ ਸਾਰੀ ਪੁਰਾਣਾ ਪਿੰਡ ਦਿਖਾਇਆ ਗਿਆ ਇਹਦੇ ਵਿੱਚ ਜੋ ਜੋ ਵੀ ਆਪਣਾ ਪੁਰਾਣਾ ਪਿੰਡਾਂ ਵਿੱਚ ਹੁੰਦਾ ਸੀ ਮਤਲਬ ਇੱਕ ਪੁਰਾਣਾ ਦ੍ਰਿਸ਼ ਹੈ ਇਹ ਚੀਜ਼ ਵਿੱਚ ਸਾਰਾ ਬਹੁਤ ਹੀ ਵਧੀਆ ਜਗ੍ਹਾ ਕਿਹੜੀ ਜਗ੍ਹਾ ਤੋਂ ਭਾਜੀ ਆਪਾਂ ਭਾਈ ਤਰਨ ਤਾਰਨ ਤੋਂ ਅੱਛਾ ਤਰਨ ਤਾਰਨ ਤੋਂ ਭਾਈ ਬਾਹਲੀ ਦੂਰੋਂ ਆਏ ਭਾਜੀ ਕਿੱਦਾਂ ਭਾਜੀ ਕਿੱਦਾਂ ਪਤਾ ਲੱਗਿਆ ਤੁਹਾਨੂੰ ਲੋਕੇਸ਼ਨ ਬਾਰੇ ਤੁਹਾਡੀ ਪਹਿਲਾਂ ਪਤਾ ਨਹੀਂ ਕਿਸ ਵਾਲੇ ਦੱਸੋ ਤੁਹਾਡੇ ਬਾਰੇ ਫਿਰ ਆਪਾਂ ਤੁਹਾਡੇ ਫੇਸ ਟੈਗ ਸਾਰੀਆਂ ਲੋਕੇਸ਼ਨ ਫਿਰ ਵਧੀਆ ਲੱਗੀਆਂ ਓਕੇ ਆਪਾਂ ਇੱਥੇ ਆਏ ਠੀਕ ਹੈ ਭਾਜੀ ਇਹ ਭਾਜੀ ਆਪਣੇ ਕੌਣ ਨੇ ਇਹ ਬ੍ਰਦਰ ਹੀ ਆ ਜੀ ਠੀਕ ਹੈ ਠੀਕ ਹੈ ਹੋਰ ਭਾਜੀ ਕੀ ਕਰਦੇ ਤੁਸੀਂ ਬਸ ਕੁਛ ਨਹੀਂ ਐਟਮ ਓਕੇ ਠੀਕ ਹੈ ਭਾਜੀ ਵੀ ਤਰਨ ਤਾਰਨ ਤੋਂ ਹੀ ਅੱਛਾ ਹਾਂਜੀ ਤਰਨ ਤਾਰਨ ਤੋਂ ਠੀਕ ਹੈ ਭਾਈ ਬੜਾ ਟਾਈਮ ਲੱਗ ਗਿਆ ਹੁਣ ਮੈਂ ਕਹਿੰਦਾ ਆਉਂਦੇ ਆਂਦਾ ਹਾਂਜੀ ਹਾਂ 3-4 ਘੰਟੇ ਲੱਗ ਗਏ ਅੱਛਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਸੀਂ ਕੀ ਲੱਗਦੇ ਹੋ ਭਾਜੀ ਦੇ ਮੈਂ ਗਰਲ ਸਾਈਡ ਤੋਂ ਜੀ ਓਕੇ ਠੀਕ ਹੈ ਅੱਛਾ ਕੁੜੀ ਦੇ ਚਾਚਾ ਜੀ ਲੱਗਦੇ ਹੋ ਠੀਕ ਹੈ ਭਾਜੀ ਕਿਹੜੀ ਜਗ੍ਹਾ ਤੋਂ ਅਸੀਂ ਤਰਨ ਤਾਰਨ ਹਲਕੇ ਤੋਂ ਅੱਛਾ ਤਰਨ ਤਾਰਨ ਹਲਕੇ ਤੋਂ ਹੀ ਹੈ ਭਾਜੀ ਪੱਟੀ ਆ ਪੱਟੀ ਤੋਂ ਠੀਕ ਹੈ ਭਾਜੀ ਹੋਰ ਭਾਜੀ ਕਿੱਦਾਂ ਲੱਗਿਆ ਭਾਈ ਲੋਕੇਸ਼ਨ ਤੇ ਆਣ ਕੇ ਠੀਕ ਹੈ ਹੋਰ ਸਾਈਡ ਕੋ ਘੁੰਮ ਲਏ ਸਾਰੀ ਲੋਕੇਸ਼ਨ ਤੁਸੀਂ ਹਾਂ ਸਭ ਓਕੇ ਓਕੇ ਠੀਕ ਹੈ ਹੋਰ ਕੀ ਕਰਦੇ ਸਟੱਡੀ ਕਰਦੇ ਹੋ ਭਾਜੀ ਹਾਂਜੀ ਹਾਂਜੀ ਸਟੱਡੀ ਠੀਕ ਹੈ ਠੀਕ ਹੈ ਚਲੋ ਵਧੀਆ ਭਾਜੀ ਤੁਸੀਂ ਵੀ ਕੈਨੇਡਾ ਜਾਣਾ ਪਲੱਸ 2 ਤੋਂ ਬਾਅਦ ਹਾਂਜੀ ਠੀਕ ਹੈ ਠੀਕ ਹੈ ਭਾਈ ਦਾ ਵਿਆਹ ਹੋਣਾ ਅੱਛਾ ਸੱਚੀ ਭਾਜੀ ਭਾਈ ਮੁਬਾਰਕਾਂ ਬਹੁਤ ਬਹੁਤ ਯਾਰ ਠੀਕ ਹੈ ਭਾਜੀ ਨਾਲ ਸ਼ੂਟ ਕਰਾਉਣਾ ਅੱਛਾ ਭਾਜੀ ਉਹਨਾਂ ਦਾ ਸੱਚੀ ਭਾਜੀ ਫਿਰ ਤਾਂ ਇਕੱਠੇ ਹੀ ਹੋ ਗਏ ਮੈਂ ਕਹਿੰਦਾ ਪਹਿਲਾਂ ਸਿਸਟਰ ਦਾ ਨਾਲ ਹੀ ਤੁਹਾਡਾ ਕਿਵੇਂ ਆ ਕੈਮ ਹੋਰ ਭਾਜੀ ਫੋਟੋਗ੍ਰਾਫਰ ਭਾਜੀ ਕਿਹੜਾ ਭਾਜੀ ਸੋਨੀ ਕਿਹੜਾ ਯੂਜ਼ ਕਰਦੇ ਹੋ 7S ਤੁਸੀਂ ਚਲਾ ਲੈਂਦੇ ਹੋ ਠੀਕ ਹੈ ਨਾ ਵਧੀਆ ਭਾਜੀ ਵਧੀਆ ਕਿਹੜੀ ਜਗ੍ਹਾ ਤੋਂ ਭਾਜੀ ਆਪਾਂ ਪਗਵਾੜੇ ਤੋਂ ਕੀ ਨੇਮ ਆਪਣਾ ਸਟੂਡੀਓ ਦਾ ਦੁਬਾਰਾ ਦੱਸੋ ਮਾੜਾ ਜਿਹਾ ਸਨੀ ਜਸਵਾਲਪੁਰ ਠੀਕ ਹੈ ਭਾਜੀ ਇਹ ਆਪਣੇ ਮੇਨ ਭਾਜੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਭਾਈ ਸਟੂਡੀਓ ਆਪਣੀ ਲੋਕੇਸ਼ਨ ਦੱਸ ਦਿਓ ਅੱਛਾ ਫਗਵਾੜਾ ਖਾਸ ਸ਼ਹਿਰ ਜੀ ਆਨਲਾਈਨ ਹੀ ਹੈ ਅੱਛਾ ਡਿਜੀਟਲ ਹੀ ਚੱਲਦੇ ਆ ਭਾਜੀ ਦੇਖ ਲਓ ਭਾਜੀ ਦੇਖ ਸਕਦੇ ਤੁਸੀਂ ਰੈਡੀ ਦੇਖੋ ਇੱਕ ਦੂਜੇ ਨੂੰ ਸਮਾਈ ਰੱਖਿਓ ਫੇਸ ਓਕੇ ਸਟਾਰਟ ਦੇਖੋ ਦੂਜੇ ਨੂੰ ਦੇਖੋ ਸਮਾਈ ਰੱਖੋ ਫੇਸ ਓਕੇ ਸਟਾਰਟ ਓ ਦੁਬਾਰਾ ਖਰਾਬ ਹੋ ਗਿਆ ਯਾਰ ਚੋਟ ਹੋਰ ਇੱਕ ਬੰਦਾ ਮੂਹਰੇ ਖੜਨਾ ਚਾਹੀਦਾ ਤਾਂ
ਕੀ ਨਾਮ ਭਾਜੀ ਦਾ ਜੁਗਰਾਜ ਜੁਗਰਾਜ ਮੈਮ ਤੁਹਾਡਾ ਠੀਕ ਹੈ ਕਿਹੜੀ ਜਗ੍ਹਾ ਤੋਂ ਹੈ ਭਾਜੀ ਭਾਜੀ ਤਰਨਤਾਰਨ ਓਕੇ ਕੀ ਭਾਜੀ ਮੈਂ ਸੁਣਿਆ ਬਾਹਰੋਂ ਆਏ ਨੇ ਭਾਜੀ ਹਾਂਜੀ ਹਾਂ ਕਿਹੜੀ ਸਿਟੀ ਰਹਿੰਦੇ ਭਾਜੀ ਬ੍ਰੈਂਪਟਨ ਭਾਜੀ ਬ੍ਰੈਂਪਟਨ ਹਾਂਜੀ ਸਟੱਡੀ ਮੁੱਕ ਲਈ ਹਾਂਜੀ ਪੀਆਰ ਅੱਛਾ ਭਾਜੀ ਜੀ ਪੱਕੇ ਹੋ ਮੈਮ ਤੁਸੀਂ ਕੀ ਕੀਤਾ ਜੀ ਪੀ ਨਿਊਟ੍ਰੀਸ਼ਨ ਕੀ ਨਾ ਬੀ ਐਸ ਸੀ ਨਿਊਟ੍ਰੀਸ਼ਨ ਓਕੇ ਓਕੇ ਠੀਕ ਹੈ ਜੀ ਠੀਕ ਹੈ ਹੋਰ ਭਾਜੀ ਕਿੱਦਾਂ ਲੱਗੀ ਲੋਕੇਸ਼ਨ ਬਹੁਤ ਵਧੀਆ ਲੱਗੀ ਲੋਕੇਸ਼ਨ ਓਕੇ ਜੀ ਸਾਰੀ ਘੁੰਮ ਲਈ ਲੱਗੇ ਜਾਂ ਹਾਂਜੀ ਨਹੀਂ ਸਾਰੀ ਨਹੀਂ ਘੁੰਮੀ ਅਜੇ ਫਿਲਹਾਲ ਇੱਥੇ ਆਏ ਹਾਂ ਓਕੇ ਠੀਕ ਹੈ ਤੇ ਵਧੀਆ ਲੱਗੀ ਲੱਗੇ ਜਾਂ ਮਤਲਬ ਵੀ ਠੀਕ ਹੈ ਜੀ ਠੀਕ ਹੈ ਉਹ ਮੈਰਿਜ ਕਦੋਂ ਭਾਜੀ ਦੀ ਮੈਰਿਜ ਭਾਜੀ ਨੈਕਸਟ ਵੀਕ ਓਕੇ ਨੈਕਸਟ ਵੀਕ ਨੈਕਸਟ ਸੰਡੇ ਮੰਡੇ ਓਕੇ ਸੰਡੇ ਸੰਡੇ ਮੰਡੇ ਇਹ ਨੇ ਸਾਡੇ ਮੇਕਅਪ ਆਰਟਿਸਟ ਮੈਡਮ ਨਾਮ ਤੁਸੀਂ ਦੱਸਿਆ ਨਹੀਂ ਮੈਨੂੰ ਆਪਣਾ ਪਲਕ ਸ਼ਰਮਾ ਓਕੇ ਪਲਕ ਸ਼ਰਮਾ ਪਲਕ ਮੇਕਓਵਰਸ ਠੀਕ ਹੈ ਕਿਹੜੀ ਜਗ੍ਹਾ ਤੋਂ ਮੈਮ ਤੁਸੀਂ ਲੁਧਿਆਣੇ ਤੋਂ ਮੈਂ ਵੀ ਲੁਧਿਆਣੇ ਤੋਂ ਮੈਡਮ ਸਿਟੀ ਹਰਟ ਚੌਂਕ ਨਹੀਂ ਹੈ ਹਾਂ ਉੱਥੇ ਹੀ ਰਹਿੰਦੇ ਹਾਂਜੀ ਹਾਂਜੀ ਹੋਰ ਕੋਈ ਗੱਲਬਾਤ ਦੱਸੋ ਕੁਝ ਕਾਫੀ ਬਾਰੇ ਕਹਿ ਰਹੇ ਸੀ ਤੁਸੀਂ ਹੁਣ ਆ ਜਾ ਆ ਸੰਗਰਾ ਕਹਦੇ ਇਹਨਾਂ ਨੂੰ ਤੁਸੀਂ ਮੈਨੂੰ ਦੋ ਤਿੰਨ ਘੰਟੇ ਹੋ ਗਏ ਕਾਫੀ ਬੋਲਦੇ ਆ ਨੂੰ ਓਕੇ ਕਾਫੀ ਪਲਾਈਟ ਭਾਜੀ ਹੁਣ ਆਪਾਂ ਆ ਗਏ ਨੇ ਦੂਜੀ ਸਾਈਡ ਤੇ ਇੱਧਰ ਇੱਕ ਹੋਰ ਸ਼ੂਟ ਹੋ ਰਿਹਾ ਚੱਲ ਮਿਲ ਗਿਆ ਟਾਈਮ ਦੇਣੀ ਇੱਧਰ ਆਉਣ ਦਾ ਬਾਕੀ ਟੀਮ ਕਿੱਧਰ ਗਈ ਯਾਰ ਇਕੱਲੇ ਹੀ ਰਹਿ ਗਿਆ ਇੱਧਰ ਅੱਛਾ ਠੀਕ ਹੈ ਨਾ ਨਾ ਚੱਲੋ ਬਾਬ ਨਾਲ ਹੀ ਨਾਲ ਮੈਂ ਤੁਹਾਡੇ ਦਿਨ ਰਾਤ ਦਾ ਪ੍ਰੋਗਰਾਮ ਬਾਈ ਮਿਹਨਤ ਕਰਦਾ ਮੁੰਡਾ ਠੀਕ ਹੈ ਯਾਰ ਮਿਹਨਤ ਨਾ ਹੀ ਫਲ ਦੇਣਾ ਬਹੁਤ ਵਧੀਆ ਕਿੰਨੀ ਉਮਰ ਆ ਰਹੀ ਤੇਰੀ 19 ਸਾਲ ਦੇਖ ਲਓ ਬਾਈ ਬਹੁਤ ਛੋਟੀ ਉਮਰ ਦਾ ਮੁੰਡਾ ਮੈਂ 22 ਸਾਲ ਤੱਕ ਤਾਂ ਪ੍ਰੋਫੈਸ਼ਨਲ ਬਣ ਜਾਣਾ ਜੇ ਲੱਗਿਆ ਰਿਹਾ ਹਾਂ ਮਾਲਕ ਦੀ ਕਿਰਪਾ ਹੋਈ ਬਣ ਜਾਏਗਾ ਪੱਕਾ ਬਣੇਗਾ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪ੍ਰੀ ਵੈਡਿੰਗ ਸ਼ੂਟ ਕਰਨ ਆਏ ਹਾਂ ਅਤੇ ਵਿੱਚ ਵਿੱਚ ਅਸੀਂ ਇੰਜੋਏ ਵੀ ਕਰ ਰਹੇ ਹਾਂ ਪੂਲ ਖੇਡ ਰਹੇ ਹਾਂ ਪਰ ਖੇਡਣਾ ਆਉਂਦਾ ਨਹੀਂ ਕਿਸੇ ਨੂੰ ਪਰ ਚੰਗੇ ਲੈ ਰਹੇ ਹਾਂ ਆਹ ਦੇਖ ਲਓ ਬਈ ਕੈਮਰਾ ਮੈਨ ਤੁਸੀਂ ਹਾਂਜੀ ਅੱਛਾ ਉਂਝ ਟਾਈਮ ਪਾਸ ਕਰ ਰਹੇ ਨੇ ਮਤਲਬ ਵੀ ਹਾਂ ਟਾਈਮ ਹੋਇਆ ਸਾਡਾ ਕਪਲ ਸਾਡਾ ਰੈਡੀ ਅੱਛਾ ਅਸੀਂ ਫ੍ਰੀ ਸੀਗੇ ਖੜੇ ਠੀਕ ਹੈ ਅਸੀਂ ਜਦ ਤੱਕ ਅਸੀਂ ਥੋੜਾ ਇੰਜੋਏ ਕਰ ਲਈਏ ਤਾਂ ਜ਼ਿਆਦਾ ਵਧੀਆ ਠੀਕ ਹੈ ਕੀ ਆਪਣਾ ਬਈ ਕੀ ਸਟੂਡੀਓ ਨਾਮ ਕੀ ਹੈ ਮੇਰਾ ਨਾਮ ਮੈਂ ਜੀ ਚਣਾ ਜਗਰਾਉਂ ਜਾਨਕਿ ਡੀਓਪੀ ਆ ਮੈਂ ਐਜ਼ ਅ ਸਰ ਪ੍ਰੀ ਵੈਡਿੰਗ ਸ਼ੂਟ ਕਰਦਾ ਆ ਠੀਕ ਹੈ ਓਕੇ ਓਕੇ ਬਈ ਅੱਜ ਮੇਰਾ ਇੱਥੇ ਹੋਊਗਾ 1 ਮਹੀਨੇ ਦੇ ਵਿੱਚ ਹੋਊਗਾ 15ਵਾਂ 16ਵਾਂ ਪ੍ਰੀ ਵੈਡਿੰਗ ਕਰਨਾ ਹੈ ਬੱਲੇ 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 ਬਈ ਸਾਰੀ ਲੋਕੇਸ਼ਨ ਆ ਸਾਡਾ ਵਧੀਆ ਪਿਆਰ ਆ ਲੋਕੇਸ਼ਨ ਬਹੁਤ ਸੋਹਣੀ ਆ ਮਜ਼ਾ ਆਇਆ ਇੰਨਾ ਇੱਥੇ ਸ਼ੂਟ ਕਰਕੇ ਠੀਕ ਹੈ ਚਲੋ ਮਿਲਦੇ ਹਾਂ ਭਾਜੀ ਸ਼ੂਟ ਤੇ ਫਿਰ ਤਾਂ ਓਕੇ ਇਹ ਆਪਣੀ ਟੀਮ ਹੈ ਭਾਜੀ ਨਾਲ ਭਾਜੀ ਅੱਛਾ ਕਿਹੜਾ ਕੈਮਰਾ ਭਾਜੀ ਯਾਰ ਇਹ Z6 ਹੈ Z6 ਕਈ ਦੇਖੀ ਖਿੱਚੀ ਐ ਚਾਰ ਕੋਈ ਫੋਟੋ ਵਗੈਰਾ ਕਈ ਹੁੰਦੀ ਵਾਹ ਵੀ ਵਾਹ ਧੰਨ ਧੰਨ ਕਰਾਈ ਵੀ ਇਹਨੇ ਤਾਂ ਤੁਸੀਂ ਖਿੱਚੀਆਂ ਬਾਈ ਆਪ ਸਾਰੀਆਂ ਸੋਹਣੀਆਂ ਖਿੱਚੀਆਂ ਵਾਲਾ ਵਧੀਆ ਫੋਟੋ ਖਿੱਚਦਾ ਬਾਈ ਮੁੰਡਾ
ਇਹ ਕਪਲ ਤੇ ਪ੍ਰੀ ਵੈਡ ਲਈ ਆਏ ਨੇ ਬਾਈ ਹੋਰ ਭਾਜੀ ਕਿਵੇਂ ਉਹ ਦੇਖੋ ਭਾਜੀ ਲਾਈਟ ਬਹੁਤ ਵੈਰੀ ਸੈਡ ਹੋ ਜਾਂਦਾ ਆਇਓ ਭਾਜੀ ਇੱਧਰ ਨਾਲ ਨੂੰ ਹੋ ਜਾਓ ਮਾੜਾ ਜਿਹਾ ਇਹ ਭਾਜੀ ਆਪਣਾ ਜਗਰਾਉਂ ਦੀ ਭਾਜੀ ਵੀ ਇਹ ਭਾਜੀ ਨਹੀਂ ਬਰਨਾਲੇ ਅੱਛਾ ਬਰਨਾਲੇ ਅੱਛਾ ਗੁਰਦੀਪ ਸਟੂਡੀਓ ਹੈ ਠੀਕ ਠੀਕ ਹੈ ਠੀਕ ਹੈ ਫਿਰ ਤਾਂ ਘਰ ਦੇ ਹੀ ਬੰਦੇ ਨੇ ਠੀਕ ਹੈ ਠੀਕ ਹੈ ਮਾਡਲ ਬਾਈ ਮਾਡਲ ਬਾਲ ਨਾ ਨਾ ਲਾਈਵ ਨਹੀਂ ਹੈ ਇਹ ਆ ਗਿਆ ਭਾਅ ਜੀ ਅੱਜ ਦਾ ਪੰਜਵਾਂ ਸ਼ੂਟ ਤੇ ਆਖਰੀ ਸ਼ੂਟ ਹੈ ਤੇ ਆਪਾਂ ਮਿਲਦੇ ਮੇਕਅਪ ਆਰਟਿਸਟ ਮੈਮ ਪ੍ਰੀਆ ਨੂੰ ਕਿਵੇਂ ਹੋ ਮੈਮ ਬਹੁਤ ਵਧੀਆ ਬਸ ਬਹੁਤ ਇਹ ਆਪਣੇ ਮੇਕਅਪ ਆਰਟਿਸਟ ਨੇ ਚੰਡੀਗੜ੍ਹ ਤੋਂ ਪ੍ਰੀਆ ਮੈਮ ਕੀ ਨੇ ਮੈਮ ਆਪਣਾ ਸਟੂਡੀਓ ਕੀ ਸੀ ਦ ਹੈਕਟ ਸਟੂਡੀਓ ਓਕੇ ਤੇ ਇਹਦੇ ਪੱਕੇ ਆਪਣੇ 4-5 ਸਾਲ ਪੁਰਾਣੇ ਇੱਥੇ ਆਉਂਦੇ ਨੇ ਤੇ ਇਹਨਾਂ ਦਾ ਕੋਈ ਫਸਟ ਟਾਈਮ ਨਹੀਂ ਹੈ ਇਹ ਭਾਅ ਜੀ ਆਪਣੇ ਫੋਟੋਗ੍ਰਾਫਰ ਨੇ ਅੱਛਾ ਜੀ ਇਹ ਸਿਰਤ ਫੋਟੋਗ੍ਰਾਫੀ ਸਤਿ ਸ਼੍ਰੀ ਅਕਾਲ ਜੀ ਸਿਰਤ ਭਾਅ ਜੀ ਭਾਜੀ ਮੁੱਕਣ ਨਹੀਂ ਹਲੇ ਤੱਕ ਅੱਛਾ ਬਾਈ ਇੰਨੇ ਫੈਨ ਲੋਕੇਸ਼ਨ ਦੇ ਅੱਛਾ ਜੀ ਮੈਂ ਭਾਜੀ ਤਾਂ ਬਹੁਤ ਪੁਰਾਣੇ ਆਉਂਦੇ ਨੇ ਇੱਥੇ ਮੈਂ ਕਹਿੰਦਾ ਕਾਫੀ ਟਾਈਮ ਤੋਂ ਤੁਸੀਂ ਹਾਂ 2 ਸਾਲ ਹੋ ਗਏ ਹੈ 3 ਸਾਲ ਹੋ ਗਏ ਭਈਆ ਜੀ ਸਿੱਧਾ ਖੜੇ ਹੋ ਜਾਓ ਚਲ ਲਾਈਟ ਰੱਖ ਖਤਮ ਹੈ
हाँ जी भाजी हो गए फ्री जी, बस ठीक है, मिलने जी अगली बारी कोई वधिया शूट ऐदा ही लेके आयो जी जी, बाय जी बाय। तू टोपी टूपी ले लेगा, ठंडा लवा ली, ठंड होगी बहुत।